ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਮਿੱਠਾ ਜੀ ਵੱਡੀਆਂ ਖਬਰਾਂ ਲੈ ਕੇ ਮੈਂ ਇੱਕ ਵਾਰੀ ਫੇਰ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਜ਼ਹਿਰੀ ਗੱਲ ਹੈ ਪਾਕਿਸਤਾਨ ਦੇ ਜੋ ਹਾਲਾਤ ਨੇ ਔਰ ਜੋ ਕੁਛ ਹੋਤੇ ਹੋ ਰਿਹਾ ਸਾਡਾ ਇਹ ਫਰਜ਼ ਬਣਦਾ ਹੈ ਕਿ ਤੁਹਾਨੂੰ ਅਸੀਂ ਆਪਣੇ ਅੰਦਾਜ਼ ਦੇ ਵਿੱਚ ਦਸੀਏ ਕਿਉਂਕਿ ਸੱਜੋ ਖਬਰਾਂ ਤੇ ਤੁਹਾਨੂੰ ਕੋਈ ਸ਼ੈ ਮਿਲਨੀ ਨਹੀਂ ਹੁੰਦੀ ਤੇ ਅਸੀਂ ਸਿਆਸੀ ਡੇਰਾ ਨਹੀਂ ਠੇਕਾ ਚੁੱਕਿਆ ਨਾ ਵੈਸੇ ਅ ਇਹ ਸਾਰਾ ਕੁਝ ਜਿਹੜਾ ਇਹ ਤੁਹਾਡੇ ਸਾਹਮਣੇ ਬੇਨਕਾਬ ਕਰਨਾ ਹੈ ਇਹ ਸਿਆਸੀ ਡੇਰਾ ਦਾ ਹੀ ਖਾਸ ਹੈ ਨਾ ਔਰ ਤੇ ਕੋਈ ਨਹੀਂ ਨਾ ਔਰ ਤੇ ਬਾਕੀ ਸਾਰੇ ਸੱਜੋ ਖਬਰਾਂ ਕੇ ਜਿਹੜੀ ਉਹ ਕਰਦੇ ਨੇ ਗੱਲ ਸਿੱਧੀ ਕੋਈ ਨਹੀਂ ਦੱਸਦਾ ਤੇ ਸਿਆਸੀ ਡੇਰਾ ਜਿਹੜਾ ਇਹ ਇਹ ਤੁਹਾਡਾ ਆਪਣਾ ਚੈਨਲ ਹੈ ਔਰ ਅਸੀਂ ਬਿਲਕੁਲ ਤੁਹਾਡੇ ਨਾਲ ਹਾਂ ਔਰ ਤੁਹਾਡੇ ਜਿਹੜੇ ਦੁੱਖ ਦਰਦ ਨੇ ਉਹਨਾਂ ਦੇ ਵਿੱਚੋਂ ਅਸੀਂ ਇਹ ਖਬਰਾਂ ਕੱਢਕੂਢ ਕੇ ਤੁਹਾਡੇ ਸਾਹਮਣੇ ਰੱਖੀ ਦਿਆਂ ਅੰਦਰ ਦੀਆਂ ਠੀਕ ਨਾ ਮਿੱਠਾ ਹੁਣ ਖਬਰ ਜਿਹੜੀ ਇਹ ਮੈਂ ਲੈ ਕੇ ਆਇਆ ਹਾਂ اسلامਾਬਾਦ ਤੋਂ ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਤੋਂ ਖਬਰ ਇਹ ਵੇ ਕਿ ਪ੍ਰਵੇਜ਼ ਈਲਾਈ ਜਿਹੜਾ ਨਾ ਉਹਨੂੰ ਤਿੰਨ ਤਲਾਕਾਂ ਹੋ ਗਈਆਂ ਚਲੋ ਤਰੇਹ ਸ਼ਾਦੀਆਂ ਤੇ ਉਸ ਕਰ ਲਈਆਂ ਵੇਖੋ ਤੁਸੀਂ حساب ਲਓ ਪ੍ਰਵੇਜ਼ ਈਲਾਈ ਵੀ ਤਰੇਹ ਤਰੇਹ ਸ਼ਾਦੀਆਂ ਖੜਕਾ ਗਿਆ ਚੌਧਰੀ ਯਕੀਨ ਕਰਕੇ ਜੋ ਵੀ ਆ ਤੂੰ ਅਖੀਰ ਕੀਤੀ ਆ ਮੈਂ ਤੈਨੂੰ ਸलाम ਪੇਸ਼ ਕਰਨਾ ਚੌਧਰੀ ਪ੍ਰਵੇਜ਼ ਈਲਾਈ ਸਾਹਿਬ ਵੱਡੇ ਤੁਸੀਂ ਆਦਮੀ ਹੋ ਮਾਸ਼ਾਅੱਲਾ ਬਜ਼ੁਰਗ ਵੀ ਹੋ ਸਾਡੇ ਲੇਕਿਨ ਅਖੀਰ ਚਸ ਲੈ ਗਿਆ ਚੌਧਰੀ ਆਖਰੀ ਆਖਰੀ ਵਾਰੀ ਦੇ ਵਿੱਚ ਫੁੱਲ ਚਸ ਲੈ ਗਿਆ ਚੌਧਰੀ ਠੀਕ ਹੈ ਨਾ ਜੀ ਪ੍ਰਵੇਸ਼ ਲਾਈਨ ਉਤਰ ਐਤਲਕ ਇਲੈਕਸ਼ਨ ਕਮਿਸ਼ਨ ਦਾ ਵੱਡਾ ਫੈਸਲਾ ਤੇ ਚੌਧਰੀ ਸ਼ੁਜਾਤ हुसैन ਸਾਹਿਬ ਜਿਹੜੇ ਨੇ ਉਹ ਸੁਰਖਰੂ ਹੋ ਗਿਆ ਇਹ ਤਿੰਨ ਚਾਰ ਗੱਲਾਂ ਨੇ ਇਹਨਾਂ ਤੇ ਅਸੀਂ ਤੁਹਾਡੇ ਗੋਸ਼ਕੁਜ਼ਾਰ ਕਰਨਾ ਇਸ ਤੋਂ ਪਹਿਲਾਂ ਕਿ ਇਹਦੇ ਵੱਲ ਜਾਈਏ ਮੁਹੰਮਦ ਖਾਨ ਪੱਟੀ ਵਾਲਾ ਜਰਾ ਆ ਜਾਈਏ ਐ ਮੰਡੀ ਬਾਬਲਦੀਨ ਤੋਂ ਇਹ ਬੰਦਾ ਜਾਹਲ ਅਨਪੜ੍ਹ ਪੰਜ ਜਮਾਤਾਂ ਵੀ ਨਹੀਂ ਪੜਿਆ محمد ਖਾਨ ਪੱਟੀ ਇਹਨੂੰ ਪ੍ਰਵੇਸ਼ ਲਈ ਨੇ ਉਹ ਪਤਾ ਨਹੀਂ ਮੁਸ਼ਰਫ ਦੌਰ ਦੇ ਵਿੱਚ ਕਿਧਰੇ ਅਸੈਂਬਲੀ ਦੇ ਵਿੱਚ ਉਹ ਕਿ ਖਾਕ ਰੋਬ ਨਹੀਂ ਜਿਹੜੇ ਹੁੰਦੇ ਉਹ ਜਿਹੜੇ ਆ ਮਾਰਦੇ ਨੇ ਆ ਪੋਚਾ ਪਾਚਾ ਇਹ ਪ੍ਰਤੀ ਕਰਾਇਆ ਪਤਾ ਨਹੀਂ ਤੀਜੇ ਗ੍ਰੇਡ 'ਚ ਕਿ ਚੌਥੇ ਗ੍ਰੇਡ 'ਚ ਅ ਜਿਵੇਂ ਹੁਣ ਵੀ ਪੰਜਾਬ ਅਸੈਂਬਲੀ ਦੇ ਵਿੱਚ ਪ੍ਰਵੇਸ਼ ਲਈ ਨੇ ਆਪਣੇ ਸਾਰੇ ਮੁਲਾਜ਼ਮ ਪ੍ਰਤੀ ਕੀਤੇ ਨੇ ਸਿੱਦੇ ਮਿੱਦੇ ਉਨਦਰ ਨਾ ਸਕੂਲ ਨਾਲ ਕੋਈ ਤੱਲਕ ਹੈ ਨਾ ਕੋਈ ਕਾਲਜ ਨਾਲ ਕੋਈ ਤੱਲਕ ਹੈ ਉੱਥੇ ਮੁਲਾਜ਼ਮੀਆਂ ਭਰਤੀ ਨੇ ਤਰ੍ਹਾਂ ਵਾਲਾਰੇ ਨੇ 50 50 60 60 ਹਜ਼ਾਰ ਲੱਖ ਲੱਖ ਡੇਡ ਡੇਡ ਲੱਖ ਨਾਲ ਅਲਾਉਂਸ ਵੀ ਲੈਂਦੇ ਆ ਪਤਾ ਨਹੀਂ ਕੀ ਕੀ ਲੈਂਦੇ ਆ ਉਹ ਨਕਵੀ ਸਾਹਿਬ ਇਹਨਾਂ ਨੂੰ ਕੱਢੋ ਪਹਿਲਾਂ ਸਭ ਤੋਂ ਆ ਜਿੰਨਾ ਵੀ ਲੰਗਰੀ ਇਹਨੇ ਉੱਥੇ ਭਰਤੀ ਕੀਤਾ ਨਾ ਆਪਣੇ ਮੁਲਾਜ਼ਮੀਆਂ ਇਹਨਾਂ ਨੂੰ ਕੱਢੋ ਇਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਇਹ ਸਾਡੇ ਪੰਜਾਬ ਦੇ ਸੂਬੇ ਦੀ ਅਸੈਂਬਲੀ ਤੇ ਵਿੱਚ ਇਹ ਇਹ ਸਾਰੇ ਜਰਾਇਮ ਪੈਸ਼ਾ ਲੋਕ ਇਸ ਭਰਤੀ ਕੀਤੇ ਨੇ ਪ੍ਰਵੇਜ ਲਈ ਨੇ ਇਹ ਕੱਢ ਕੇ ਪਰਾਂ ਮਾਰੋ ਭਾਈ ਜੀ ਇਹ ਇਹਦੀ ਬਰਦਾਸ਼ਤ ਹੁੰਦਾ ਮਿੱਠਾ ਜੀ ਏ محمد ਖਾਂ ਪੱਟੀ ਤੇ ਆ ਗਏ محمد ਖਾਂ ਪੱਟੀ ਜਿਹੜਾ ਇਹਦੇ ਇਹ ਇਹ ਇੱਕ ਤੇ ਸੋਨੇ ਦੀ ਚਿੜੀਆ ਪਰਵੇਜ਼ ਲਈਦੀ ਔਰ ਪਰਵੇਜ਼ ਲਈ ਦੇ ਜਿੰਨੇ ਵੀ ਪਰਵੇਜ਼ ਲਈ ਕੋਲ ਮੇਰੇ ਖਿਆਲ ਨਾਲ ਕੋਈ ਕੋ ਅੱਛਾ ਕੰਮ ਤੇ ਉਹਨੇ ਕੋਈ ਕੀਤਾ ਹੀ ਨਹੀਂ ਇੱਕ ਹੀ ਉਹਨੇ 1122 ਵਾਲਾ ਅੱਛਾ ਕੀਤਾ ਸੀ ਉਹਦੇ ਅਸੀਂ ਰੋਜ਼ ਤਾਰੀਫ਼ ਕਰਨੇ ਜਾਤੀ ਲਿਆ ਜਦੋਂ ਗੱਲ ਕਰ ਰਿਹਾ ਮੈਂ ਕੋਈ ਇਹਦਾ ਨਹੀਂ ਇੱਕ ਕੰਮ ਨੇ ਇਹਦੇ ਜਿੰਨੀ ਵੀ ਲੁੱਟਮਾਰ ਕੀਤੀ ਹੈ ਨਾ ਪਿਛਲੇ 20 22 ਸਾਲ ਤੋਂ ਜਿੰਨੀ ਵੀ ਇਸ ਕਰਪਸ਼ਨ ਕੀਤੀ ਹੈ ਜਿੰਨਾ ਵੀ ਇਹਨੇ ਪੰਜਾਬ ਨੂੰ ਲੁੱਟਿਆ ਕਿਸੇ ਨਾ ਕਿਸੇ ਵਾਸਤੇ ਇਹ محمد ਖਾਂ ਪੱਟੀ ਜਿਹੜਾ ਇਹ ਉਹਦਾ ਇੱਕ ਤੇ ਚਸ਼ਮਦੀਦ ਗਵਾ ਹੈ ਤੇ ਇੱਕ ਇਹਦਾ 파ਟਨਰ ਹੈ ਤੇ ਮੈਂ ਇਹ ਅਪੀਲ ਕਰਾਂਗਾ ਇਹ ਐਂਟੀ ਕਰਪਸ਼ਨ ਪੰਜਾਬ ਵਾਲੇ ਐਫ ਆਈ ਆ ਵਾਲੇ ਨਾਇਬ ਵਾਲੇ وزارت ਦੇ داخل ਵਾਲੇ ਜਿਹੜੇ ਵੀ ਤੁਸੀਂ ਸਾਰੇ ਏਜੰਸੀਆਂ ਵਾਲੇ ਹੋ ਯਾਰ ਕਿ ਅਗਰ ਤੇ ਤੁਸੀਂ ਪਾਕਿਸਤਾਨ ਨੂੰ ਆئین ਔਰ ਕਾਨੂੰਨ ਦੇ ਮੁਤਾਬਕ ਵਾਕਿਆ ਹੀ ਫੈਸਲਾ ਕਰ ਲਿਆ ਕਿ ਚਲਾਣਾ ਹੈ ਕਿਉਂਕਿ ਤੁਹਾਡਾ ਵੀ ਉੱਡਾ ਹੀ ਪਾਕਿਸਤਾਨ ਹੈ ਤੇ ਸਾਡਾ ਵੀ ਤੇ ਜਿਹੜੇ 24 ਕਰੋੜ ਆਵਾਮ ਇਹਨਾਂ ਦਾ ਵੀ ਉੱਡਾ ਹੀ ਹੈ ਅਗਰ ਤੇ ਗੱਲ ਠੀਕ ਹੈ ਤੇ ਫਿਰ ਮੁਹੰਮਦ ਖਾਨ ਪੱਟੀ ਨੂੰ ਗ੍ਰਿਫਤਾਰ ਕੀਤਾ ਜਾਏ ਇਹਨ ਇਰਾਨ ਦੇ ਰਸਤੇ ਤੁਰਕੀ ਨਸ ਜਾਣਾ ਜੇ ਇਹ ਵੀ ਮੈਂ ਤੁਹਾਨੂੰ ਖਬਰ ਦੇ ਦਿਆ ਉਹ ਸਜੇ ਖਵੇ ਹੋਣ ਦੀ ਕੋਸ਼ਿਸ਼ ਕਰ ਰਹੇ ਉਰਦੂ ਦੇ ਤੇ ਨਜ਼ਰ ਮੁੰਡਿਆਂ ਨੇ ਰੱਖੀ ਹੈ ਲੇਕਿਨ ਪਤਾ ਨਹੀਂ ਇਹਨੇ ਕੋਈ ਚੱਕਮਾ ਦੇ ਕੇ ਨਿਕਲ ਜਾਣਾ ਜੇ ਮੁਹੰਮਦ ਖਾਂ ਪੱਟੀ ਨੇ ਈਰਾਨ ਦੇ ਰਸਤੇ ਨੇ ਤੁਰਕੀ ਨਿਕਲ ਜਾਣਾ ਜੇ ਮੈਂ ਬਾਰ-ਬਾਰ ਕਹਿ ਰਿਹਾ ਤੇ ਇਹਨੂੰ ਗ੍ਰਿਫਤਾਰ ਕੀਤਾ ਜਾਏ ਤੇ ਪ੍ਰਵੇਜ਼ ਲਾਈ ਦੀ ਖਰਬਾਂ ਰਪਏ ਦੀ ਕਰਪਸ਼ਨ ਨਾ ਨਿਕਲੇ ਤੇ ਅਸੀਂ ਮਾਫੀ ਮੰਗਾਂਗੇ ਸਾਰਿਆਂ ਕੋ ਇਹ ਤਾਂ ਗੱਲ ਹੋ ਗਈ ਇੱਥੇ ਹੁਣ ਆਜੋ ਖਬਰ ਤੇ ਕਿ ਪ੍ਰਵੇਜ਼ ਲਾਈ ਨੂੰ ਤਰ੍ਹਾ ਤਲਾਕ ਸਭ ਤੋਂ ਪਹਿਲੇ ਆਜੋ ਪਹਿਲੀ ਤਲਾਕ ਤੇ ਕਿ ਪ੍ਰਵੇਜ਼ ਲਾਈ ਦੀ وزارت ਅਲੱਗ ਗਈ ਬੜੀ ਉਸ ਕੋਸ਼ਿਸ਼ ਕੀਤੀ ਬੜੇ ਤਰਲੇ ਕੀਤੇ ਸੱਜੇ ਖੱਬੇ ਹਰ ਰੋਜ਼ اسلام آباد ਜਾ ਕੇ ਕੈਨਲ ਕਹਿੰਦੇ ਨੇ ਕਿ ਇਸਟੈਬਲਿਸ਼ਮੈਂਟ ਦੇ ਨਾਲ ਵੀ ਵਾਅਦੇ ਵੁਹਿੱਦ ਕਰਦਾ ਰਿਹਾ ਕਿ ਮੇਰੇ ਤੇ ਮੁਕਦਮੇ ਨਾ ਬਣਾਓ ਮੇਰੀ ਜਿਹੜੀ ਉਹ ਆਡੀਓ ਆਣੀ ਹੈ ਮਾਈਆਂ ਦੇ ਨਾਲ ਉਹ ਆਡੀਓ ਨਾ ਕੱਢਿਆ ਜੇ ਉਹ ਮੇਰੀ ਆਡੀਓ ਨਾ ਕੱਢਿਆ ਜੇ ਉਹ ਮਾਈਆਂ ਦੇ ਨਾਲ ਜਿੱਥੇ ਉਹ ਕਹਿ ਰਹੀ ਹੈ ਕਿ ਫਲਾਣੀ ਜਿਹੜੀ ਐਨੇ ਲੱਖ ਦੀ ਫਲਾਣੀ ਐਨੇ ਲੱਖ ਦੀ ਫਲਾਣੀ ਐਨੇ ਲੱਖ ਦੀ ਤੁਸੀਂ ਟ੍ਰੈਵਲ ਲੈ ਜਾਣਾ 호텔 ਬੁੱਕ ਹੋ ਜਾਏਗਾ ਰਿਲੈਕਸ ਕਰ ਲਿਆ ਜੇ ਤੁਸੀਂ ਬੜਾ ਕੰਮ ਕਰਦੇ ਹੋ ਬੜੇ ਪਿਆਰੇ ਹੋ ਬੜੇ ਮਿੱਠੇ ਹੋ ਉਹ ਆਡੀਓ ਵੀ ਰਕਵਾਣੀ ਸੀ ਉਹ ਰਕਵਾ ਲਈ ਚਲੋ ਪਤਾ ਨਹੀਂ ਆ ਹੀ ਜਾਦੀ Imran Shafqat ਸਾਹਿਬ ਕਹਿ ਰਹੇ ਸੀ ਕਿ ਕਿਧਰ ਨਾ ਕਿਧਰ ਨਿਕਲੀ ਆਣੀ ਹੈ ਅੱਲਾਹ ਕਰੇ ਨਿਕਲਾਵੇ ਅਸੀਂ ਵੀ ਸਵਾਦ ਲੈ ਲਈਏ ਥੋੜਾ ਜਿਹਾ ਇਸ ਉਮਰੇ ਉਹ ਜਨਾਬ اسلام آباد ਦੇ ਚੱਕਰ ਤੇ ਚੱਕਰ ਚੱਕਰ ਤੇ ਚੱਕਰ ਤੇ ਆਪਣੀ ਜਿਹੜੀ ਨਵੀਂ ਨਵੈਲੀ ਦੁਲਹਨ ਸਾਇਰਾ ਅਨਵਰ ਉਹ ਅਰਬਾਂ ਰੁਪਈਆ ਲੈ ਕੇ ਦੂ ਢਾਈਆਂ ਮਹੀਨਿਆਂ ਦੇ ਵਿੱਚ ਉਹਨੇ ਕੋਈ ਤਬਾਈ ਫੇਰੀ ਲੈ ਕੇ ਦੁਬਈ ਨਸ ਗਈ। ਅਰ ਉਸ ਤੋਂ ਬਾਅਦ ਜਨਾਬ ਜਿਹੜਾ ਮੁੰਡਾ ਉਹ ਆਟੇ ਦੇ ਪੈਸੇ ਲੈ ਕੇ ਤੇ ਫਰਾਂਸ ਨਸ ਗਿਆ। ਉੱਥੇ ਹੁਣ 7 ਸਟਾਰ ਹੋਟਲਾਂ ਦੇ ਵਿੱਚ ਅਜੀਬੋ ਗਰੀਬ ਕਿਸਮ ਦੇ ਮਜ਼ੇ ਲੈ ਰਿਹਾ। ਬਹਰਲ ਭਾਈ ਚਸ ਲੈ ਰਿਹਾ। ਉਹਨਾਂ ਸੀ ਉਹਦੀ ਚਸ ਜਿਹੜੀ ਉਹ ਡੱਕ ਨਹੀਂ ਸਕਦੇ। ਅਸੀਂ ਜਿਹੜਾ ਜੋ ਮੁਕਦਰਾਂ ਚ ਉਹਦੀ ਅਯਾਸ਼ੀ ਲਿਖੀ ਹੈ, ਪੈਸਾ ਲਿਖਿਆ ਅਸੀਂ ਰੋਕ ਨਹੀਂ ਸਕਦੇ। ਲੇਕਿਨ ਅਸੀਂ ਆਵਾਜ਼ ਤੇ ਉਠਾ ਸਕਦੇ ਹਾਂ। ਕਿ ਮੁੰਨਿਸ ਭਾਈ ਆਜੋ ਵਾਪਸ ਆਜੋ ਉਹਨਾਂ ਕਿਹੜਾ ਕੋਈ ਉੱਥੇ ਘੁਰਾਣਾ ਆਜੋ ਨਾ ਵਾਪਸ ਧਰਨ ਤੇ ਕੋਈ ਮਸਲਾ ਵੀ ਨਹੀਂ ਤੁਸੀਂ ਤੇ ਬਿਮਾਰ ਵੀ ਨਹੀਂ ਨਾ ਤੇ ਆਜੋ ਵਾਪਸ ਉੱਥੇ ਗੁਜਰਾਤ ਉੱਥੇ ਪਿਆਰ ਮੁਹੱਬਤ ਤੁਹਾਡੇ ਨਾਲ ਉੱਥੇ ਕਰਨ ਵਾਸਤੇ ਔਰ ਬੈਠੀ ਹੋਣੀ ਦੁਨੀਆ ਇਹ ਹੁਣ ਜਨਾਬ ਪਹਿਲੀ ਤਲਾਕ ਜਿਹੜੀ ਹੈ ਇਹ ਵੇ ਕਿ ਸਟੈਬਲਿਸ਼ਮੈਂਟ ਜਿਹੜੀ ਆ ਉਹਨਾਂ ਨੇ ਚੜੀ ਕਰਾ ਦਿੱਤੀ ਉਹਨਾਂ ਕਹਿੰਦੇ ਤੂੰ ਜਾਣ ਤੇ ਤੇਰਾ ਕੰਮ ਜਾਣੇ ਸਾਡਾ ਕੋਈ ਤਲਾਕ ਵਾਸਤਾ ਨਹੀਂ ਇਨੇ ਬੜੇ ਤਰਲੇ ਕੀਤੇ ਨੇ ਕਿ ਮੈਨੂੰ ਦੱਸੋ ਮੈਂ ਕੀ ਕਰਾਂ ਇਹ ਐ ਉਹ ਐ ਲੇਕਿਨੋ ਹੋ ਗਿਆ ਦੂਜੀ ਤਲਾਕ ਜਨਾਬ ਇਹ ਹੁੰਦੀ ਹੈ ਕਿ وزارت ਆਲਾ ਖੁੱਸ ਗਈ ਬੜਾਏ ਨੇ ਸਮਝਾਇਆ ਨਿਆਜ਼ੀ ਨੂੰ ਕਿ ਸਰ ਜੀ ਇਹ ਪੰਜਾਬ ਅਗਰ ਹੱਥੋਂ ਨਿਕਲ ਗਿਆ ਤੇ ਇਹ ਜੜੀਆਂ ਯਾਸ਼ੀਆਂ ਨੇ ਇਹ ਮਾਈਆਂ ਦੇਸੀ ਝੂਚੇ ਦੇਸੀ ਪਾਣੀ ਦੇਸੀ ਗਰਦੇ ਦੇਸੀ ਮੁੰਡੇ ਇੱਕ ਇਹ ਸਾਰਾ ਕੁਝ ਜਾਂਦਾ ਰਹਿਣਾ ਹੈ ਮੂਨੇ ਸਲਾਈ ਮੇਰਾ ਭੁੱਖਾ ਮਰ ਜਾਏਗਾ ਖਾਨ ਸਾਹਿਬ ਕੀ ਕਰਦੇ ਜੇ ਨਾ ਨਹੀਂ ਕਰਨੀ ਐਸੈਂਬਲੀ ਨਹੀਂ ਤੋੜਨੀ ਇਹ ਪੁਲਿਸ ਸਾਰਾ ਕੁਝ ਛੱਟ ਜਾਣਾ ਤੇ ਫਿਰ ਮਾਈਆਂ ਰਹਿ ਜਾਣੀਆਂ 10 12 ਫੱਟੜ ਤੇ ਕੀ ਕਰਾਂਗੇ ਅਸੀਂ ਉਹ ਨਹੀਂ ਮੰਨਿਆ ਉਹ ਜ਼ਿੱਦ ਸੀ ਉਹਦੀ ਕਿਉਂਕਿ ਕੋ ਨੂੰ ਪਿੱਛੋਂ ਬਾਹਰੋਂ ਪੈਸੇ ਮਿਲੇ ਸੀ ਕਿ ਜਨੇਵਾ ਦੇ ਵਿੱਚ ਜਿਹੜੀ ਇੰਨੀ ਕਾਨਫਰੰਸ ਕਾਮਯਾਬ ਹੋਈ ਹੈ ਪਾਕਿਸਤਾਨ ਦੇ ਹਾਲਾਤ ਅੱਛੇ ਹੋਣਗੇ ਤੇ ਤੂੰ ਅਫਰਾ ਤਫਰੀ ਪੈਦਾ ਕਰ ਤਾਂ ਕਿ ਇਹ ਇਹ ਜਿਹੜੇ ਜਿਨ੍ਹਾਂ ਲੋਕਾਂ ਦਾ ਦਾਤ ਦੇਣੀ ਉਹ ਪਿੱਛੇ हट ਜਾਣ ਆਈਐਮਐਫੀ ਪਿੱਛੇ हट ਗਿਆ ਕਿ ਉੱਥੇ ਤੇ ਸਿਆਸੀ ਅਦਮ ਇਸਤਕਾਮ ਆ ਗਿਆ ਉਹ ਬਾਹਰਲੇ ਆਪਣੇ ਆਕਾਵਾਂ ਕੋਲੋਂ ਪੈਸੇ ਫੜ ਕੇ ਬੈਠਾ ਸੀ ਤੇ ਪ੍ਰਵੇਸ਼ ਲਈ ਜਾਂਦਾ ਸੀ ਕਿ ਮੈਂ ਤੇ ਇੱਥੋਂ ਹੀ ਕਮਾਣਾ ਨਾ ਇਹ ਨਾ ਤੋੜੀਏ ਉਹਨੇ ਤੋੜ ਦਿੱਤੀ ਇਹ ਹੋ ਗਈ ਦੂਜੀ ਤਲਾਕ ਤੀਜੀ ਤਲਾਕ ਜਿਹੜੀ ਉਹ ਹੁਣ ਹੋ ਜਾਂਦੀ ਹੈ ਇਲੈਕਸ਼ਨ ਕਮਿਸ਼ਨ ਦੇ ਵਿੱਚ ਇਹਨੇ ਆਪਣੇ ਦਿਨੋ ਸ਼ੁਜਾਦ ਸਾਹਿਬ ਨੂੰ ਲਾ ਕੇ ਸਦਾਰਤ ਤੋਂ ਪਾਰਟੀ ਚੋਂ ਕੱਢ ਕੇ ਤੇ ਪਰਾਂ ਦੂਰ ਸੁੱਟ ਦਿੱਤਾ ਨਵੇਂ ਸਦਰ ਬਣਾ ਲਏ ਵਜਾਤ ਸਾਹਿਬ ਉਹ ਜਿਹੜੇ ਚੋਰੀਆਂ ਚੋਰੀਆਂ ਕਰਦੇ ਨੇ ਡਕੇਤੀਆਂ ਡਕੁੱਤੀਆਂ ਰਸਾਗੇਦੀ ਕਰਦੇ ਨੇ ਸ਼ੁਜਾਤ ਆਪਣਾ ਵਜਾਤ ਸਾਹਿਬ ਉਹ ਜਿਨ੍ਹਾਂ ਨੂੰ ਵੇਖੀ ਪਤਾ ਲੱਗਦਾ ਬਈ ਕੋਈ ਬੜਾ ਵੱਡਾ ਡਕੇਤ ਆ ਉਹ ਉਹਦੇ ਮੁੰਡੇ ਇਹ ਸਾਰੇ ਇੱਧਕੀਤੀਆਂ ਕਰਦੇ ਨਾ ਸਮਝਿਆ ਕਰੋ ਸਾਰੀਆਂ ਮੁਸ਼ਰਫ ਦੌਰ ਤੋਂ ਜਾ ਕੇ ਖ਼ਬਰਾਂ ਚੈੱਕ ਕਰੋ ਇਹਨਾਂ ਟਰੱਕ ਰੱਖੇ ਸਨ ਬੰਦੇ ਰੱਖੇ ਸਨ ਘਰਾਂ ਵਿੱਚ ਚੋਰੀਆਂ ਸਮਾਨ ਸੋਨਾ ਮੋਟਰਸਾਈਕਲਾਂ ਮੱਜਾਂ ਗਾਵਾਂ ਸਾਰਾ ਕੁਝ ਵਜਾਤ ਸਾਹਿਬ ਇਹਨੇ ਇਹ ਵਜਾਈ ਜਾਂਦੇ ਸੀ ਬੜੇ ਅੱਛੇ ਨੇਕ ਆਦਮੀ ਏ ਜਨਾਬ ਇਹਨਾਂ ਵਜਾਹਤ ਨੂੰ ਸਦਰ ਬਣਾ ਕੇ ਸ਼ੁਜਾਦ ਸਾਹਿਬ ਨੂੰ ਲਾ ਦਿੱਤਾ ਤੇ ਨਾਲ ਕਿਹਾ ਕਿ ਮੈਂ ਤੇ ਪਾਰਟੀ ਇਨਜ਼ਾਮ ਕਰ ਲੈਣੀ ਹੈ ਤਰੀਕੇ ਇਨਸਾਫ ਵਿੱਚ ਤੇ ਮੋਨੋ ਸਲਾਈ ਨੇ ਸਦਰ ਬਣ ਜਾਣਾ ਪੰਜਾਬ ਤਰੀਕੇ ਇਨਸਾਫ ਦਾ ਤੇ ਸਾਡੇ ਹੱਥੇ ਚੜ ਗਈ ਇਹ ਨਸ਼ਈਏ ਇਹਨੇ ਨਾਹਲ ਹੋ ਜਾਣਾ ਤੇ ਪਾਰਟੀ ਮੇਰੇ ਇੱਥੇ ਆ ਜਾਗੀ ਤਰੀਕੇ ਇਨਸਾਫ ਤੇ ਆ ਮਾਈਆਂ ਹੁਣ ਮੇਰੇ ਸਾਹਮਣੇ ਆ ਕੇ ਨੱਚਣਗੀਆਂ ਇਹਨਾਂ ਤੇ ਆਪਣਾ ਪਿਓ ਪੁੱਤਰਾ ਬੜਾ ਪਲਾਨ ਸੈੱਟ ਕਰ ਲਿਆ ਲੇਕਿਨ ਅੱਲਾ ਦਾ ਅੱਲਾ ਦੇ ਹੋਰ ਇਰਾਦੇ ਸੀ ਅੱਲਾ ਮਾਲਕ ਜਿਹੜਾ ਉਹ ਵੇਖ ਰਿਹਾ ਸੀ ਮੈਂ ਕੀ ਪਿਆ ਕਰਦਾ ਉਹ ਅੱਜ ਫਿਰ ਇਲੈਕਸ਼ਨ ਕਮਿਸ਼ਨ ਜਿਹੜਾ ਉਹਨੇ પ્રવેશ ਲਈ ਦੂੰ ਤੀਜੀ ਤਲਾਕ ਵੀ ਦੇ ਦਿੱਤੀ ਉਹਨੇ ਕਿਹਾ پارٹی ਦਾ सदर ਜਿਹੜਾ ਤਾਹਿਆਤ ਉਹ ਚੌਧਰੀ ਸ਼ੁਜਾਤ हुसैन ਸਾਹਿਬ ਨੇ 19 ਦੇਰ ਤੱਕ ਉਹ ਨਹੀਂ ਹਟ ਸਕਦੇ ਜਿੰਨੀ ਦੇਰ ਤੱਕ ਉਹ ਖੁਦ ਅਸਤੀਫਾ ਨਾ ਦੇਣ ਕਿਉਂਕਿ ਆئین ਦੇ ਵਿੱਚ ਲਿਖਿਆ ਹੈ ਜਿਹੜਾ ਇਹਨਾਂ ਦੀ ਪਾਰਟੀ ਦਾ ਆئین ਹੈ ਨਾ ਮੁਸਲਮ ਲੀਗ ਕਾਫ ਦਾ ਉਹਦੇ ਵਿੱਚ ਇਹ ਲਿਖਿਆ ਹੈ ਕਿ ਚੌਧਰੀ ਸ਼ੁਜਾਤ ਸਾਹਿਬ ਜਿਹੜੇ ਨੇ ਇਹ ਤਾਹਿਆਤ ਪਾਰਟੀ ਦੇ ਸਦਰ ਨੇ ਜਿੰਨੀ ਦੇਰ ਤੱਕ ਅੱਲਾ ਨੇ ਉਹਨਾਂ ਨੂੰ ਜ਼ਿੰਦਗੀ ਦੇਣੀ ਹੈ ਅੱਲਾ ਉਹਨਾਂ ਨੂੰ ਸਿਹਤ ਤੰਦਰੁਸਤੀ ਦੇ ਬੜੇ ਹੀ ਕਾਬਲੇ ਇhtram ਬਜ਼ੁਰਗ ਨੇ ਉਹ ਤਾਹਿਆਤ ਸਦਰ ਰਹਿਣਗੇ ਜਿੰਨੀ ਦੇਰ ਤੱਕ ਖੁਦ ਅਸਤੀਫਾ ਨਹੀਂ ਦਿੰਦੇ ਉਨੀ ਦੇਰ ਤੱਕ ਉਹਨਾਂ ਦੇ ਖਿਲਾਫ ਕੋਈ ਕਾਰਕਰਾਰ ਦਾਦ ਕੋਈ ਪਾਰਟੀ ਦਾ ਕੋਈ ਐਕਸ਼ਨ ਨਹੀਂ ਹੋ ਸਕਦਾ ਇਹ ਆئین ਦੇ ਵਿੱਚ ਲਿਖਿਆ ਉਹ ਅੱਜ ਇਲੈਕਸ਼ਨ ਕਮਿਸ਼ਨ ਸਾਹਿਬ ਜਿਹੜੇ ਨੇ ਉਹਨਾਂ پرویز ਲਾਈ ਨੂੰ ਤ੍ਰਿਜੀ ਤਲਾਕ ਦੇ ਦਿੱਤੀ ਹੈ ਦੇਖ ਕੇ ਕਿਆ ਕ ਦੌੜਦੇ ਹੱਥੋਂ ਇਹ ਪਾਰਟੀ ਦੇ ਸਦਰ ਜਿਹੜੇ ਨੇ ਸ਼ੁਜਾਦ ਸਾਹਿਬ ਨੇ ਤੇ ਇਹ ਜਨਾਬ ਸ਼ੁਜਾਦ ਸਾਹਿਬ ਨੂੰ ਅਸੀਂ ਮੁਬਾਰਕਬਾਦ ਪੇਸ਼ ਕਰਨੇ ਆ ਹ ਸਾਲਕ ਭਾਈ ਨੂੰ ਵੀ ਮੁਬਾਰਕਬਾਦ ਪੇਸ਼ ਕਰਨੇ ਆ ਤੇ ਸ਼ੁਜਾਦ ਸਾਹਿਬ ਸੁਰਖਰੂ ਹੋਏ ਤੇ ਪ੍ਰਵੇਜ ਲਾਈ ਨੂੰ ਤਰੇ ਤਲਾਕਾਂ ਹੋ ਗਈਆਂ ਬਹੁਤ ਸ਼ੁਕਰੀਆ